ਸੁਮਨ ਲਓ ਜੀ ਇਹ ਇਹਦਾ ਇਹ ਇਹਦੀ ਬੁੱਕ ਹੈ ਓਕੇ ਇੱਕ ਪੈਨ ਚੱਲ ਰਿਹਾ ਆ ਹੁਣ ਜੋ ਇਹਨੇ ਸਵੇਰੇ ਉੱਠ ਕੇ ਗਾਲਾਂ ਕੱਢੀਆਂ ਉਹ ਵੀ ਲਿਖਿਆ ਗਿਆ ਝੂਠ ਬੋਲਿਆ ਮੰਮਾ ਨੂੰ ਲਿਖਿਆ ਗਿਆ ਜਾਣਾ ਕਾਲਜ ਚਲੇ ਗਿਆ ਦੋਸਤਾਂ ਦੇ ਨਾਲ ਸਿਲਮਾ ਸਭ ਲਿਖਿਆ ਗਿਆ ਡਾਟਾ ਹੈਲੋ ਸਮਝ ਆ ਰਹੀ ਆ ਉਦਾਂ ਪ੍ਰਭੂ ਪ੍ਰਭੂ ਉਹ ਜੋ ਪ੍ਰਭੂ ਪ੍ਰਭੂ ਹੈ ਉਹ ਵੀ ਹੈ ਪ੍ਰਭੂ ਵੀ ਲਿਖਿਆ ਹੈ ਪਰ ਲਿਖਿਆ ਨਾ ਪ੍ਰਭੂ ਪ੍ਰਭੂ ਕਰਨ ਵਾਲੇ ਸਵਰਗ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਪਰੰਤੂ ਉਹ ਜਿਹੜੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨਗੇ ਹੁਣ ਸੁਬਹ ਉੱਠਦੇ ਇਹ ਬੇਟਾ 2.5 ਘੰਟੇ ਪ੍ਰਾਰਥਨਾ ਚ ਬੈਠ ਗਿਆ 2.5 ਘੰਟੇ ਪ੍ਰਾਰਥਨਾ ਲਿਖੀ ਗਈ ਵਾਓ 2.5 ਘੰਟੇ ਪ੍ਰਾਰਥਨਾ ਇਸ ਬੱਚੇ ਨੇ ਜਦੋਂ ਉੱਠਿਆ ਇਹ ਭਾਈ ਨਿਕਲਿਆ ਬਾਹਰ ਇਹਨੇ ਬਾਹਰ ਕੋਈ ਬੰਦਾ ਦੇਖਿਆ ਗਰੀਬ ਇਹਦੀ ਜੇਬੀ ਦੇ ਵਿੱਚ 500 ਰੁਪਈਆ ਸੀ ਇਹਨੇ ਇਹਨੂੰ 100 ਕੱਢ ਕੇ ਦਿੱਤਾ ਜਾ ਰੋਟੀ ਪਾਣੀ ਖਾ ਲਿਖਿਆ ਗਿਆ 100 ਰੁਪਈਏ ਦੀ ਹੈਲਪ ਗਰੀਬ ਦੀ ਫਿਰ ਥੋੜ੍ਹਾ ਅੱਗੇ ਗਿਆ ਇਹਨੂੰ ਕਿਸੇ ਬੰਦੇ ਨੇ ਲਾਲਚ ਦਿੱਤਾ ਲੈ 5000 ਰੁਪਈਆ ਲੈ ਲਾ ਕਿਸੇ ਨੂੰ ਝੂਠ ਬੋਲਦੀ ਇਹਨੇ ਕਿਹਾ ਨਹੀਂ ਮੈਂ ਝੂਠ ਨਹੀਂ ਬੋਲਣਾ ਮੈਨੂੰ 5000 ਦੀ ਜ਼ਰੂਰਤ ਨਹੀਂ ਹੈ ਵਾਓ ਉੱਥੇ ਇੱਕ ਟੈਕ ਮਾਰ ਹੋ ਗਈ ਵਿਆਹ ਬੰਦੇ ਨੇ 12 ਵਜੇ ਸੱਚ ਬੋਲਿਆ ਫਿਰ ਅਗਲੇ ਦਿਨ ਇੱਦਾਂ ਹੀ ਸੇਮ ਇਹਦੀ ਜ਼ਿੰਦਗੀ ਚੱਲਦੀ ਰਹੀ ਤੇ ਇਹਦੀ ਲਿਸਟ ਦੇ ਵਿੱਚ ਕੋਈ ਗੁਨਾਹ ਹੀ ਨਹੀਂ ਆ ਇਹਦੀ ਲਿਸਟ 'ਚ ਪ੍ਰਾਰਥਨਾ ਇਹਦੀ ਲਿਸਟ 'ਚ ਚੰਗੇ ਕੰਮ ਇਹਦੀ ਲਿਸਟ ਦੇ ਵਿੱਚ ਲੋਕਾਂ ਦੀ ਮਦਦ ਕਰਨਾ ਇਹਦੀ ਲਿਸਟ ਵਿੱਚ ਲੋਕਾਂ ਨੂੰ ਪਿਆਰ ਕਰਨਾ ਤੇ ਜਦੋਂ ਇਹ ਲਿਸਟ ਪਰਮੇਸ਼ਰ ਦੇ ਸਾਹਮਣੇ ਖੁੱਲੇਗੀ ਤੇ ਖੁਦਾ ਇਹਨੂੰ ਚੁੰਮ ਕੇ ਇਹਦੇ ਸਿਰ ਤੇ ਜੀਵਨ ਦਾ ਮੁਕਟ ਸਜਾ ਦੇਗਾ